ਸਤਿਕਾਰ ਜੀ, ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ, ਰੋਜ਼ਾਨਾ ਲੋਕ ਨਾਚ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ, ਭਾਰਤ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਜਿਹੜੀ ਹੈ ਉਹ ਕਰਾਂਗੇ ਕਿ ਰਾਜਾ ਵੜਿੰਗ ਦੇ ਵੱਲੋਂ ਅੱਜ ਆਸ਼ੂ ਦੇ ਹੱਕ ਦੇ ਵਿੱਚ ਧਰਨਾ ਦਿੱਤਾ ਜਾਣਾ ਹੈ, ਪਰ ਉਸ ਧਰਨੇ ਤੋਂ ਪਹਿਲਾਂ ਹੀ ਜਿਹੜਾ ਕਾਂਗਰਸ ਨੂੰ ਇੱਕ ਵੱਡਾ ਤੇ ਕਰਾਰਾ ਝਟਕਾ ਲੱਗ ਗਿਆ। ਇਸ ਝਟਕੇ ਤੋਂ ਬਾਅਦ ਕੀ ਇਹ ਧਰਨਾ ਜਿਹੜਾ ਕਾਂਗਰਸ ਦਾ ਕਾਮਯਾਬ ਰਹੂਗਾ, ਕਿ ਆਸ਼ੂ ਨੂੰ ਬਚਾਉਣ ਦੇ ਵਿੱਚ ਕਾਂਗਰਸ ਜਿਹੜੀ ਉਹ ਕਾਮਯਾਬ ਹੋ ਜਾਊਗੀ, ਜਾਂ ਫਿਰ ਇਸ ਝਟਕੇ ਤੋਂ ਬਾਅਦ ਕਾਂਗਰਸ ਦਾ ਜਿਹੜਾ ਇਹ ਧਰਨਾ ਉਹ ਠੁੱਸ ਹੋ ਜਾਊਗਾ ਤੇ ਭਾਰਤ ਭੂਸ਼ਣ ਆਸ਼ੂ ਦੀ ਜਿਹੜੀ ਹੈ ਉਹ ਗ੍ਰਿਫਤਾਰੀ ਹੋ ਸਕਦੀ ਹੈ। ਸਭ ਤੋਂ ਪਹਿਲਾਂ ਤਾਂ ਇਹ ਦੱਸਾਂਗੇ ਕਿ ਇਹ ਝਟਕਾ ਕੀ ਹੈ, ਤੇ ਉਸ ਤੋਂ ਬਾਅਦ ਦੱਸਾਂਗੇ ਕਿ ਇਸ ਝਟਕੇ ਤੋਂ ਬਾਅਦ ਕਾਂਗਰਸ ਦੇ ਇਸ ਧਰਨੇ ਦੇ ਵਿੱਚ ਰਹਿਣ ਕੀ ਵਾਲਾ, ਕਿੰਨਾ ਕੁ ਕਾਮਯਾਬ ਰਹੂਗਾ, ਕੀ ਕੁੱਝ ਨਿਕਲੂਗਾ ਇਹਦੇ ਵਿੱਚੋਂ, ਕਿਉਂਕਿ ਵਿਜੀਲੈਂਸ ਦੇ ਦਫ਼ਤਰ ਜਾ ਕੇ ਘੇਰਨਾ ਕਾਂਗਰਸ। ਤਾਂ ਉਸ ਤੋਂ ਬਾਅਦ ਗੱਲਬਾਤ ਕਰ ਲੈਂਦੇ ਹਾਂ ਕਿ ਕਾਂਗਰਸ ਨੂੰ ਇੱਕ ਹੋਰ ਝਟਕਾ ਲੱਗਿਆ। ਹੋਰ ਕਿਹੜਾ ਝਟਕਾ ਲੱਗਿਆ? ਇੱਕ ਵੱਡੇ ਲੀਡਰ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਕਿੱਥੋਂ ਅਸਤੀਫਾ ਦਿੱਤਾ ਗਿਆ, ਕਿਉਂ ਦਿੱਤਾ ਗਿਆ, ਇਸ ਤੇ ਵੀ ਗੱਲਬਾਤ ਕਰਾਂਗੇ। ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਵਿੱਚ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਸ਼ੁਕਰੀਆ। ਅਣਖੀ ਸਾਹਿਬ, ਭਾਰਤ ਭੂਸ਼ਣ ਆਸ਼ੂ ਜਿਹੜੇ ਸਾਬਕਾ ਫੂਡ ਸਪਲਾਈ ਮੰਤਰੀ ਨੇ, ਉਹਨਾਂ ਨੂੰ ਪਰਚੇ ਦੇ ਵਿੱਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਪਹਿਲਾਂ ਠੇਕੇਦਾਰ ਫੜੇ ਗਏ, ਫਿਰ ਠੇਕੇਦਾਰਾਂ ਤੋਂ ਬਾਅਦ ਪੀਏ ਤੱਕ ਪਹੁੰਚੀ ਗੱਲ ਆਸ਼ੂ ਦੇ, ਉਸ ਤੋਂ ਬਾਅਦ ਫਿਰ ਆਸ਼ੂ ਤੱਕ ਗੱਲ ਪਹੁੰਚ ਗਈ, ਪਰਚੇ ਦੇ ਵਿੱਚ ਨਾਮਜ਼ਦ ਕਰ ਦਿੱਤਾ ਗਿਆ। ਤੇ ਇਹ ਪਤਾ ਲੱਗਿਆ ਕਿ ਜਿਵੇਂ ਆਪਾਂ ਸਭ ਨੂੰ ਪਤਾ ਹੀ ਹੈ, ਆਪਾਂ ਵੀ ਦੱਸਦੇ ਰਹੇ ਹਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਇਹੀ ਚਰਚਾਵਾਂ ਨੇ, ਕਿ ਅੱਜ ਵਿਜੀਲੈਂਸ ਦਫ਼ਤਰ ਜਿਹੜਾ ਜਾ ਕੇ ਰਾਜਾ ਵੜਿੰਗ ਉਹਨਾਂ ਨੇ ਘੇਰਨਾ ਹੈ ਆਸ਼ੂ ਦੇ ਹੱਕ ਦੇ ਵਿੱਚ, ਆਸ਼ੂ ਨੂੰ ਬਚਾਉਣ ਦੇ ਲਈ, ਆਸ਼ੂ ਨੂੰ ਬਚਾਉਣ ਦੇ ਨਾਲ ਨਾਲ ਆਪਣੇ ਆਪ ਨੂੰ ਵੀ ਭਵਿੱਖ ਦੇ ਵਿੱਚ ਬਚਾਉਣ ਦੇ ਲਈ ਇਹ ਧਰਨਾ ਜਿਹੜਾ ਉਹ ਮੰਨਿਆ ਜਾ ਰਿਹਾ, ਜਿਵੇਂ ਆਪਾਂ ਗੱਲਾਂ ਬਾਤਾਂ ਕਰਦੇ ਰਹੇ ਹਾਂ ਪ੍ਰੋਗਰਾਮਾਂ ਦੇ। ਤਾਂ ਇਸ ਧਰਨੇ ਤੋਂ ਪਹਿਲਾਂ ਅਣਖੀ ਸਾਹਿਬ, ਝਟਕਾ ਕਾਂਗਰਸ ਨੂੰ ਉਦੋਂ ਲੱਗਿਆ ਜਦੋਂ ਠੇਕੇਦਾਰਾਂ ਦੇ ਵੱਲੋਂ ਕਾਂਗਰਸ ਦੇ ਖਿਲਾਫ ਧਰਨਾ ਲਾਉਣ ਦਾ ਐਲਾਨ ਕਰ ਦਿੱਤਾ ਗਿਆ। ਠੇਕੇਦਾਰ ਅਤੇ ਮਜ਼ਦੂਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਆਸ਼ੂ ਦੇ ਕਰਕੇ ਅਸੀਂ ਹਜ਼ਾਰਾਂ ਦੇ ਵਿੱਚ ਮਜ਼ਦੂਰ ਠੇਕੇਦਾਰ ਜਿਹੜੇ ਆ ਉਹ ਬੇਰੁਜ਼ਗਾਰ ਹੋ ਗਏ ਸੀਗੇ, ਤੇ ਆਸ਼ੂ ਵਰਗੇ ਬੰਦੇ ਦੀ ਜੇਕਰ ਕਾਂਗਰਸ ਪਿੱਠ ਤੇ ਆਉਂਦੀ ਹੈ, ਰਾਜਾ ਵੜਿੰਗ ਪਿੱਠ ਤੇ ਆਉਂਦੇ ਨੇ, ਤਾਂ ਅਸੀਂ ਆਪਣੇ ਬੱਚਿਆਂ ਸਮੇਤ ਜਾ ਕੇ ਕਾਂਗਰਸ ਦਾ ਦਫ਼ਤਰ ਘੇਰਾਂਗੇ। ਇੱਕ ਪਾਸੇ ਕਾਂਗਰਸ ਜਿਹੜੀ ਉਹ ਜਾ ਕੇ ਵਿਜੀਲੈਂਸ ਦਾ ਦਫ਼ਤਰ ਘੇਰੇਗੀ, ਤੇ ਦੂਜੇ ਪਾਸੇ ਅੱਜ ਠੇਕੇਦਾਰ ਤੇ ਮਜ਼ਦੂਰ ਜਿਹੜੇ ਆ ਉਹ ਜਾ ਕੇ ਕਾਂਗਰਸ ਦਾ ਦਫ਼ਤਰ ਘੇਰਦੇ। ਕਿਵੇਂ ਦੇਖਦੇ ਹੋ ਕਾਂਗਰਸ ਦੇ ਇਸ ਧਰਨੇ ਤੋਂ ਪਹਿਲਾਂ ਲੱਗੇ ਝਟਕੇ? ਸੁਖਵਿੰਦਰ ਜੀ, ਜਿਹੜਾ ਝਟਕੇ ਦੀ ਤੁਸੀਂ ਗੱਲ ਕਰ ਰਹੇ ਜੀ, ਤੁਸੀਂ ਮਜ਼ਦੂਰਾਂ ਤੇ ਉਹਨਾਂ ਠੇਕੇਦਾਰਾਂ ਦੀ ਗੱਲ ਕਰ ਰਹੇ ਜੀ, ਕਿ ਜਿਹੜੇ ਭਾਰਤ ਭੂਸ਼ਣ ਆਸ਼ੂ ਦੀਆਂ ਨੀਤੀਆਂ ਦੇ ਸ਼ੋਸ਼ਣ ਹੋਏ, ਨੀਤੀਆਂ ਦੇ ਕਾਰਨ ਜਿਹਨਾਂ ਦਾ ਸ਼ੋਸ਼ਣ ਹੋਇਆ ਤੇ ਉਹ ਬੇਰੁਜ਼ਗਾਰ ਹੋ ਕੇ ਘਰ ਬੈਠ ਗਏ। ਇਹਦੇ ਸੰਬੰਧੀ ਵੀ ਗੱਲ ਬਣਦੀ ਹੈ ਜ਼ਰੂਰ, ਕਿਉਂਕਿ ਉਹਨਾਂ ਨੇ ਕਾਂਗਰਸ ਭਵਨ ਦਾ ਜਿਹੜਾ ਅੱਜ ਐਲਾਨ ਕੀਤਾ ਕਿ ਧਰਨਾ ਜਿਹੜਾ ਦਿੱਤਾ ਜਾਵੇਗਾ। ਮੈਂ ਸੁਖਵਿੰਦਰ ਜੀ ਇਸ ਤਸਵੀਰ ਦੇ ਜਿਹੜੇ ਦੂਸਰੇ ਪੱਖ ਦੀ ਵੀ ਗੱਲ ਲੱਗਾ ਗੱਲ ਕਰ ਲਓ, ਕਿ ਜਿਸ ਤਰੀਕੇ ਨਾਲ ਰਾਜਾ ਵੜਿੰਗ ਨੇ ਅੱਜ ਧਰਨਾ ਦੇਣਾ ਆਪਣੇ ਕੁਝ ਵਿਧਾਇਕ ਸਾਥੀਆਂ ਦੇ ਨਾਲ, ਖਾਸ ਤੌਰ ਤੇ ਉਹਨਾਂ ਵਿਧਾਇਕਾਂ ਦੇ ਨਾਲ ਹੀ ਜਿਹੜੇ ਉਹਦੇ ਸੱਜੇ ਜਾਂ ਖੱਬੇ ਦਿਖਾਈ ਦਿੰਦੇ ਨੇ, ਜਾਂ ਕਿਸੇ ਨਾ ਕਿਸੇ ਸੂਰਤ ਵਿੱਚ ਜਿਹੜੇ ਜਿਹਨਾਂ ਨੂੰ ਡਰ ਆ ਕਿ ਵਿਜੀਲੈਂਸ ਦਾ ਸ਼ਿਕੰਜਾ ਜਿਹੜਾ ਉਹਨਾਂ ਦੇ ਖਿਲਾਫ ਕੱਸਿਆ ਜਾ ਸਕਦਾ। ਤੇ ਆਹ ਜਿਹੜਾ ਸੀਨ ਜਿਹੜਾ ਅੱਜ ਵਾਪਰਦਾ, ਇਹਦੇ ਨਾਲ ਹੀ ਨਾਲ ਮੈਨੂੰ ਇੱਕ ਪੁਰਾਣਾ ਸੀਨ ਜਿਹੜਾ ਉਹ ਯਾਦ ਆ ਰਿਹਾ, ਜਦੋਂ ਅਲਕਾ ਲਾਂਬਾ ਦੇ ਖਿਲਾਫ ਇਨਕੁਆਇਰੀ ਕੇਸ ਜਦੋਂ ਦਰਜ ਹੋਇਆ ਤੇ ਅਲਕਾ ਲਾਂਬਾ ਨੂੰ ਜਦੋਂ ਫੜਦਾ ਸੀ, ਤਾਂ ਉਸ ਵਕਤ ਵੀ ਪੰਜਾਬ ਕਾਂਗਰਸ ਦੇ ਵਿੱਚ ਅਜਿਹਾ ਹੀ ਇੱਕ ਦ੍ਰਿਸ਼ ਵੇਖਣ ਨੂੰ ਮਿਲਿਆ, ਜਿੱਥੇ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ, ਹੋਰ ਬੰਦੇ ਬਿਜ਼ਨਸ ਦੇ ਦਫ਼ਤਰ ਉੱਥੇ ਗਏ ਜਿੱਥੇ ਅਲਕਾ ਲਾਂਬਾ ਦੀ ਗ੍ਰਿਫਤਾਰੀ ਹੋਣੀ ਸੀ, ਤੇ ਦੂਜੇ ਪਾਸੇ ਇੱਕ ਧੜਾ ਇੱਦਾਂ ਦਾ ਹੀ ਨਵਜੋਤ ਸਿੱਧੂ ਦਾ, ਜਿਨ੍ਹਾਂ ਨੇ ਉੱਥੇ ਜਾ ਕੇ ਆਪਣੀਆਂ ਦੂਰੀਆਂ ਬਰਕਰਾਰ ਰੱਖੀਆਂ ਤੇ ਇੱਕ ਧਰਨਾ ਜਿਹੜਾ ਉੱਥੇ ਉਹਨਾਂ ਨੇ ਵੀ ਦਿੱਤਾ ਸੀ। ਅਲੱਗ ਅਲੱਗ ਕਾਂਗਰਸ ਦੀ ਜਿਹੜੀ ਸਥਿਤੀ ਸੀ ਉਸ ਵੇਲੇ ਉੱਥੇ ਦੋ ਫਾੜ ਹੋਈ ਸਾਫ਼ ਤੌਰ ਤੇ ਨਜ਼ਰ ਆਈ। ਤਾਂ ਉਹੋ ਜਿਹਾ ਦ੍ਰਿਸ਼ ਜਿਹੜਾ ਅੱਜ ਵੀ ਮਿਲ ਸਕਦਾ, ਅੱਜ ਨਵਜੋਤ ਸਿੱਧੂ ਨਾਲ ਨਹੀਂ ਹਨ, ਨਵਜੋਤ ਸਿੱਧੂ ਜੇਲ੍ਹ ਦੇ ਵਿੱਚ ਨੇ, ਪਰ ਇਸ ਤਰ੍ਹਾਂ ਹੋ ਸਕਦਾ ਕਿ ਇਹਨਾਂ 18 ਵਿਧਾਇਕਾਂ ਦੇ ਵਿੱਚੋਂ ਜਿਨ੍ਹਾਂ ਦੀ ਸ਼ਮੂਲੀਅਤ ਅਗਰ ਵੇਖੀ ਜਾਵੇ ਤੇ ਰਾਜਾ ਵੜਿੰਗ ਦੀ ਇਸ ਧਰਨੇ ਨਾਲ ਜ਼ਰੂਰੀ ਬਣਦੀ ਆ, ਕਿਉਂਕਿ ਉਹ ਰਾਜਾ ਵੜਿੰਗ ਵੀ ਚੁਣੇ ਹੋਏ ਨੇ, ਜਿੱਤੇ ਨੇ, ਪ੍ਰਧਾਨ ਨੇ, ਤੇ ਜਿਹੜੇ 18 ਵਿਧਾਇਕ ਨੇ ਕਾਂਗਰਸ ਦਾ ਅਸਲ ਸਰੂਪ ਦਾ ਅਸਲ। ਤੁਹਾਡੀ ਗੱਲ ਬਿਲਕੁਲ ਠੀਕ ਹੈ, ਉਦੋਂ ਸਿੱਧੇ ਤੌਰ ਤੇ ਜਿਹੜਾ ਦੋ ਧੜਿਆਂ ਦੇ ਵਿੱਚ ਵੰਡੀ ਕਾਂਗਰਸ ਨਜ਼ਰ ਆ ਰਹੀ ਸੀ ਕਈ ਚਿਰ ਧੜਿਆਂ ਦੇ ਵਿੱਚ, ਤੇ ਆਪਾਂ ਕੱਲ ਖਬਰ ਜਿਹੜੀ ਬ੍ਰੇਕ ਕੀਤੀ ਸੀਗੀ ਉਹ ਇਹ ਸੀ ਕਿ ਕਾਂਗਰਸ ਜਿਹੜੀ ਆ ਇਸ ਧਰਨੇ ਤੋਂ ਪਹਿਲਾਂ ਹੀ ਦੋ ਪਾੜ ਹੈ, ਯਾਨੀ ਅੰਦਰ ਖਾਤੇ ਬਹੁਤੇ ਲੀਡਰ ਜਿਹੜੇ ਆਸ਼ੂ ਦੇ ਹੱਕ ਦੇ ਵਿੱਚ ਖੜਨ ਤੋਂ ਗੁਰੇਜ਼ ਕਰ ਰਹੇ ਨੇ। ਉਹ ਕਹਿ ਰਹੇ ਨੇ ਕਿ ਕਾਂਗਰਸ ਨੇ ਜੇਕਰ ਤਾਕਤ ਦਿਖਾਉਣੀ ਹੈ, ਜੇ ਕਾਂਗਰਸ ਨੇ ਕੁਝ ਕਰਨਾ ਹੀ ਹੈ, ਤਾਂ ਫਿਰ ਚੰਗੇ ਤੇ ਨੇਕ ਲੀਡਰਾਂ ਦੇ ਪਿੱਛੇ ਕਰੋ, ਲੋਕ ਲੜਾਈ ਲੜੋ, ਤਾਂ ਫਿਰ ਇਹੋ ਜਿਹੇ ਲੀਡਰਾਂ ਦੇ ਪਿੱਛੇ ਲੜਾਈ ਲੜਨ ਦੀ ਜਿਹੜੀ ਉਹ ਫਾਇਦਾ ਕੀ ਹੈ। ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ
अज भी धरने के बंदी मिल सकती है, पर अज नहीं वो कल दरसूआ ने। तो आप ही वो खबर ब्रेक अंकित साहब की है कि अंदर खाते आशु के हक के धरने लैके जी है वो कांग्रेस एकजुट नहीं है, तो फाड़ है। तो उधर यह भी पता लग्या कि राजस्थान वाला जो लीडर है वह ज्यादा इस धरने लैके सीरीयस है, उसके कहे ते ये धरना जो ज्यादा लग रहा है, क्योंकि कहें कि राजस्थान वाले लीडर का भी कई पासे नाम जो गूंज रहा है, उन्होंने आए हैं कि मैं ना फस जावा, इस तो पहला मैं विजिलेंस से भगवंत मान का हाथ जो इन्ह तक ही रोक लव, मेरे तक ना पहुंच जाए, ये जड़िया गल्लां बातें पहुंचिया ने। तो अणखी साहब मैं फिर उसे ते आ रहा दोबारा तुहाडे कोले, तुसीं बड़े वधिया तरीके नाल दस रहे हो, दर्शक कई बार काले पै जाते हैं। तो जिहड़े ठेकेदार ते मुलाजमां दे वल्लों इह गल कीती गई है वह क्यों कीती गई है, ते सिद्धे धरने तो पहला जिहड़ा इह धरना प्रैशर बनाउण दी कोशिश सी सरकार दे उपर, प्रैशर बनाउण दी कोशिश सी जिहड़ी आ विजिलेंस दे उपर, तां लोक आ के विजिलेंस भगवंत मान के हक के नहीं कहे कि लोग आके खड़ गए ना ही आशु दे, पर सीधे तौर पर लड़ाई दे लड़ाई जी आशु के खिलाफ फिर छेड़ दी है। आशु दे नाल जी उन्होंने उम्मीद सी कि इस धरने तो बाद लोगों का जिहड़ा जिहड़ा एक हुंदी है ना सिंपथी वह कांग्रेस के नाल जुड़ूगी, उल्टा वह गुस्सा कांग्रेस के खिलाफ देखने को मिलिया। तो हुण मैनूं लगता कांग्रेस की इस धरने के उपर विजिलेंस नाल ही नाल आम आदमी पार्टी ने होर हावी हो जाना, किवें देखते हो इस झटके? बिल्कुल सुखविंदर जी, मैं स्थिति तां बयान की थी, मैं क्या ये राजा वड़िंग की असल स्थिति सामने आ जाएगी कि वह प्रधानगी किन्ना क लैके सफल नहीं या किन्ना क लैके असफल नहीं, ये पॉइंट मैं ता कीता सी गल। तां दूसरी गल जी सीधी आप उस पॉइंट से आने कि जेडे अज ठेकेदार ते मजदूर भारत भूषण आशु के खिलाफ और कांग्रेस दियां कांग्रेसी खास तौर पर राजा वड़िंग वालों ये किए, हालांकि आशु के हक में खलोन के खिलाफ जो हजारा मजदूर धरना उत्थे देंगे तो यह कांग्रेस के उस चेहरे को नंगा करने वास्ते कि कांग्रेस किहो जिहे भ्रिष्ट व्यक्तियों का साथ दे रही है, उन्होंने भ्रिष्ट व्यक्तियों का जिन्हां नाल कई परिवार रोजी रोटी तो भी हूने हो गए सन। भारत भूषण आशु दियां एक्टिविटी या गतिविधियां सुखविंदर जी सिर्फ ते सिर्फ खुराक ते सप्लाई विभाग दे विच ही नहीं रही, जिस पंजा सालां दे विच जिस तरीके नाल उन्होंने लुधियाने दे विच अपनियां मनमानियां कीतियां तो उन्हां दा प्रभाव मजदूरां जां ठेकेदारां ते पिया ही पिया, इस तों इलावा होर वर्गां ते भी बीते समें दे विच अहीं सुणदे रहे हां कि उन्हां ते पिया। ते हुण इह मजदूर ते जिहड़े ठेकेदार ने जिहड़े इस वेले धरना देने के दे मूड च ने जो धरना देना वह साफ कह लगे ने कि इन्हां नीतियां जिहड़े भारत भूषण आशु ने जदों उदों लोडिंग अनलोडिंग के जिहड़े टेंडर दिते सन उन्होंने सिर्फ तो सिर्फ उन्होंने अपने खास चहेतियां जिस तरह तोलूराम गुरदासराम एंड कंपनी जगरूप सिंह वर्गे बंदियां ही दिते जिन्हां के हाथ जिहड़े भारत भूषण आशु नाल रले हुए सन, तो जिस कारण जिहड़ा छोटा ठेकेदार सी वह इहदे विरुद्ध आवाज़ भी नहीं सी उठा सकता, तो जेकर आवाज़ उठाउंदा तो भारत भूषण आशु के गुस्से वो शिकार होंगे। सो इस करके जिस तरीके पंजा सालों के उन्हां दी आवाज भारत भूषण आशु की कथित तौर पर गुंडागर्दी के करके दबी रही, हुण उन्होंने नित्र के मैदान में आने का फैसला किया कि कांग्रेस की यह दोगला चेहरा कि एक पास तो कांग्रेस यह कहती है कि अं भ्रिष्टाचार के खिलाफ है, अं साफ सुथरा प्रशासन देना है, तो दूजे पास भारत भूषण आशु के खिलाफ के नाल डट के खलोते ने। सो उन्हों का तर्क यह आ जे ठेकेदार ने कि साढ़े न जी बेइंसाफी हुई है उस बेइंसाफी का जिम्मेवार कौन आ, तो बिल्कुल तुम ठीक है कि जिस तरीके ਇਹ ਗੱਲ ਸੋਚੀ ਸੀ ਰਾਜਾ ਵੜਿੰਗ ਐਂਡ ਕੰਪਨੀ ਨੇ ਕਿ ਸ਼ਾਇਦ ਅਜਿਹੇ ਧਰਨੇ ਦੇ ਕੇ ਅਸੀਂ ਲੋਕਾਂ ਦੇ ਵਿੱਚ ਆਪਣੀ ਸਥਿਤੀ ਨੂੰ ਬਹਾਲ ਕਰ ਲਵਾਂਗੇ, ਪਰ ਜਿਸ ਤਰੀਕੇ ਨਾਲ ਅੱਜ ਕਾਂਗਰਸ ਭਵਨ ਦਾ ਇਹ ਠੇਕੇਦਾਰ ਤੇ ਮਜ਼ਦੂਰ ਘਰਾਓ ਕਰਨਗੇ ਉਹਦੇ ਨਾਲ ਤਾਂ ਸਾਫ਼ ਆ ਸੁਖਵਿੰਦਰ ਜੀ ਜਿਹੜੀ ਮਾੜੀ ਮੋਟੀ ਜਿਹੜੀ ਇਹਨਾਂ ਦੀ ਸਥਿਤੀ ਬਚੀ ਆ ਉਹ ਵੀ ਮਿੱਟੀ 'ਚ ਪੈਣ ਨੂੰ ਤਿਆਰ ਹੋ ਜਾਵੇਗੀ, ਕਿਉਂਕਿ ਲੋਕ ਖਾਸ ਤੌਰ 'ਤੇ ਜਿਹੜੇ ਪੀੜਤ ਲੋਕ ਹੁੰਦੇ ਨੇ ਉਸ ਧਿਰ ਦੇ ਉਹਨਾਂ ਨੂੰ ਪਤਾ ਹੁੰਦਾ ਕਿ ਬੀਤੇ ਦੌਰ ਦੇ ਵਿੱਚ ਇਸ ਵਿਅਕਤੀ ਦਾ ਕੀ ਹਾਲ ਰਿਹਾ ਜਾਂ ਕੀ ਹਾਲ ਨਹੀਂ ਰਿਹਾ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਪਿੱਛੇ ਜੇ ਲੁਧਿਆਣੇ 'ਚ ਧਰਨਾ ਦਿੱਤਾ ਸੀ ਡੀ ਐਸ ਪੀ ਬਲਵਿੰਦਰ ਸੇਖ ਨੇ ਆਣ ਕੇ ਰਾਜਾ ਵੜਿੰਗ ਦੇ ਮੂੰਹ 'ਤੇ ਕਈ ਕੁਝ ਬੋਲਿਆ ਤਾਂ ਰਾਜਾ ਵੜਿੰਗ ਸਿਰਫ ਚੁੱਪ ਕਰਕੇ ਹੱਸਦੇ ਰਹੇ ਥੱਲੇ ਮੂੰਹ ਕਰਕੇ ਕਰਦੇ ਨੇ, ਪਤਾ ਉਹਨਾਂ ਲੋਕਾਂ ਨੂੰ ਵੀ ਹੁੰਦਾ ਸ਼ਾਇਦ ਰਾਜਾ ਵੜਿੰਗ ਦੇ ਉਹੀ ਜਿਸ ਤਰੀਕੇ ਨਾਲ ਤੁਸੀਂ ਗੱਲ ਕਹੀ ਆ ਕਿ ਰਾਜਾ ਵੜਿੰਗ ਨੂੰ ਵੀ ਪਤਾ ਹੋਵੇ ਕਿ ਭਾਰਤ ਭੂਸ਼ਣ ਆਸ਼ੂ ਦੇ ਨਾਲ ਖੜਨ ਦਾ ਕੋਈ ਫਾਇਦਾ ਨਹੀਂ, ਪਰ ਜਿਹੜੇ ਕਾਂਗਰਸੀ ਰਾਜਸਥਾਨ ਦਾ ਉਹ ਕਾਂਗਰਸੀ ਨੇਤਾ ਜਿਹੜਾ ਆਪਣੇ ਵੱਲ ਵੱਧਦੇ ਸਕੰਜੇ ਨੂੰ ਉੱਥੋਂ ਤੱਕ ਹੀ ਰੱਖਣ ਦੇ ਮੂਡ 'ਚ, ਸ਼ਾਇਦ ਉਹਦੇ ਪ੍ਰੈਸ਼ਰ ਦੇ ਵਿੱਚ ਹੀ ਇਹ ਧਰਨਾ ਜਿਤਨਾ ਤੁਸੀਂ ਸਥਿਤੀ ਬਿਆਨ ਕੀਤੀ ਲਾਇਆ ਜਾ ਰਿਹਾ, ਪਰ ਇਹਦੇ ਨਾਲ ਕਾਂਗਰਸ ਨੂੰ ਕੋਈ ਫਾਇਦਾ ਨਹੀਂ ਬਲਕਿ ਜ਼ਿਆਦਾ ਨੁਕਸਾਨ ਹੀ ਹੋਵੇਗਾ। ਵੱਡਾ ਨੁਕਸਾਨ ਜਿਹੜਾ ਆ, ਮੈਂ ਸੁਖਵਿੰਦਰ ਜੀ ਫਿਰ ਆਪਣੀ ਗੱਲ ਰਿਪੀਟ ਕਰਨਾ, ਵੱਡਾ ਨੁਕਸਾਨ ਤੇ
ਇਹ ਆ ਕਿ ਕਾਂਗਰਸ ਜਿਹੜੀ ਕਈ ਧੜਿਆਂ 'ਚ ਪਾਰਟੀ ਆ, ਅੱਜ ਬਿਲਕੁਲ ਸਥਿਤੀ ਜਿਹੜੀ ਆ ਉਹ ਸਾਹਮਣੇ ਆ ਜਾਏਗੀ ਜਿਹੜਾ ਜਿਹੜਾ ਵਿਧਾਇਕ ਰਾਜਾ ਵੜਿੰਗ ਨਾਲ ਜਾਊਗਾ। ਮੇਰਾ ਨਹੀਂ ਖਿਆਲ ਕਿ 18 ਦੇ 18 ਰਾਜਾ ਵੜਿੰਗ ਦੀ ਅਗਵਾਈ ਕਬੂਲਣ, ਇਹ ਗੱਲ ਤਾਂ ਇੱਕ ਪੱਕੀ ਹੈ। ਬਿਲਕੁਲ ਬਿਲਕੁਲ ਜੀ ਅੰਕ ਸਾਹਿਬ, ਇਹ ਤਾਂ ਤੁਹਾਡੀ ਗੱਲ ਠੀਕ ਹੈ, ਆਪਾਂ ਕੱਲ ਵੀ ਚਰਚਾ ਕੀਤੀ ਹੈ, ਪਰ ਅੱਜ ਧਰਨੇ ਦੀ ਸਥਿਤੀ ਰਹਿਣ ਕੀ ਵਾਲੀ ਹੈ? ਅੱਜ ਕਾਮਯਾਬੀ ਕਿੰਨੀ ਕੁ ਰਾਜਾ ਵੜਿੰਗ ਤੇ ਇਸ ਧਰਨੇ ਨੂੰ ਮਿਲੂਗੀ? ਕਿਉਂਕਿ ਪਹਿਲਾਂ ਤਾਂ ਸਿਰਫ ਇਹ ਸੀ ਕਿ ਵਿਜੀਲੈਂਸ ਆਸ਼ੂ ਨੂੰ ਗ੍ਰਿਫਤਾਰ ਕਰੇਗੀ ਜਾਂ ਨਹੀਂ ਕਰੇਗੀ, ਇਹ ਤਾਂ ਚਲੋ ਅਹਿਮ ਅੱਜ ਵੀ ਸਵਾਲ ਬਣਿਆ ਹੋਇਆ ਹੈ, ਪਰ ਜਿਸ ਤਰੀਕੇ ਦੇ ਨਾਲ ਕੱਲ ਸਥਿਤੀਆਂ ਇੰਨੀਆਂ ਸੀ ਕਿ ਕਾਮਯਾਬ ਹੋਊਗੀ ਕਿ ਨਹੀਂ ਹੋਊਗੀ, ਬਹੁਤ ਸਾਰੀਆਂ ਚਰਚਾਵਾਂ ਸੀ, ਪਰ ਗੱਲ ਇਹ ਹੈ ਕਿ ਹੁਣ ਤਾਂ ਧਰਨਾ ਲੱਗਣ ਤੋਂ ਪਹਿਲਾਂ ਇੱਕ ਪਾਸੇ ਰਾਜਾ ਵੜਿੰਗ ਤੇ ਕਾਂਗਰਸ ਨੇ ਜਾ ਕੇ ਘੇਰਨ ਜਾਣਾ ਹੈ ਵਿਜੀਲੈਂਸ ਦਫ਼ਤਰ, ਤੇ ਪਿੱਛੋਂ ਉਹਨਾਂ ਨੇ ਆ ਕੇ ਘੇਰ ਲੈਣਾ ਕਾਂਗਰਸ ਭਵਨ, ਤਾਂ ਫਿਰ ਕਿਵੇਂ ਦੇਖਦੇ ਹੋ ਅਜਿਹੀ ਸਥਿਤੀ ਦੇ ਵਿੱਚ ਧਰਨਾ ਜਿਹੜਾ ਉਹ ਕਾਮਯਾਬ ਹੋ ਪਾਊਗਾ, ਜਾਂ ਕੀ ਸਥਿਤੀਆਂ ਰਹਿਣ ਵਾਲੀਆਂ? ਆਸ਼ੂ ਦੀ ਗ੍ਰਿਫਤਾਰੀ ਹੋਊਗੀ, ਜਾਂ ਕੋਈ ਢਕਵੰਜ ਕਰਕੇ ਆਸ਼ੂ ਨੂੰ ਬਚਾ ਲੈਣਗੇ, ਜਾਂ ਪ੍ਰੈਸ਼ਰਾਈਜ਼ ਜਿਹੜੀ ਆ ਉਹ ਸਰਕਾਰ ਇਹਨਾਂ ਦੇ ਧਰਨੇ ਤੋਂ ਜਾਂ ਫਿਰ ਵਿਜੀਲੈਂਸ ਹੋ ਜਾਊਗੀ, ਜਾਂ ਫਿਰ ਵਿਜੀਲੈਂਸ ਅਤੇ ਸਰਕਾਰ ਦੇ ਜਿਹੜੇ ਆ ਉਹ ਹੌਸਲੇ ਮਜ਼ਦੂਰਾਂ ਤੇ ਠੇਕੇਦਾਰਾਂ ਦੇ ਧਰਨੇ ਦੇ ਨਾਲ ਹੋਰ ਵੱਧ ਜਾਣਗੇ। ਰਵਿੰਦਰ ਜੀ, ਇਹ ਤਾਂ ਗੱਲ ਤੈਅ ਆ, ਪੱਕੀ ਗੱਲ ਕਿ ਇਹ ਧਰਦੇ ਲਾਉਣ, ਸੜਕਾਂ ਤੇ ਉਤਰਨ, ਭਾਰਤ ਭੂਸ਼ਣ ਆਸ਼ੂ ਦੀ ਜਿਹੜੀ ਗ੍ਰਿਫਤਾਰੀ ਆ ਉਹ ਤੇ ਯਕੀਨਨ ਤੌਰ ਤੇ ਤੈਅ ਹੈ ਹੀ, ਅੱਜ ਨਾ ਹੋਏ 10 ਦਿਨਾਂ ਨੂੰ ਹੋਜੇ। ਹਾਲਾਂਕਿ ਅਜੇ ਤੱਕ ਸਰਕਾਰ ਨੇ ਉਹਦੇ ਖਿਲਾਫ਼ ਕੋਈ FIR 'ਚ ਨਾ ਉਹਦਾ ਕੋਈ ਦਰਜ ਨਹੀਂ ਕੀਤਾ, ਅਜੇ ਕਿਸੇ ਕੋਈ ਸਥਿਤੀ ਇਹੋ ਜਿਹੀ ਹੈ ਨਹੀਂ, ਪਰ ਇਸ ਦੇ ਬਾਵਜੂਦ ਇਹ ਧਰਨਿਆਂ ਦਾ ਦੌਰ ਜਿਹੜਾ ਰਾਜਾ ਵੜਿੰਗ ਐਂਡ ਕੰਪਨੀ ਵੱਲੋਂ ਸ਼ੁਰੂ ਕੀਤਾ ਗਿਆ ਇਹ ਸਿਰਫ ਤੇ ਸਿਰਫ ਪ੍ਰੈਸ਼ਰਾਈਜ਼ ਕਰਨ ਵਾਸਤੇ ਹੀ ਹੈ। ਤੁਹਾਡਾ ਜਿਹੜਾ ਪ੍ਰਸ਼ਨ ਹੈਗਾ ਕਿ ਇਹਦੇ ਨਾਲ ਪ੍ਰਭਾਵ ਕੀ ਬਣੂਗਾ, ਇਹ ਜਿਹੜਾ ਧਰਨਾ ਦੇਣਾ ਰਾਜਾ ਵੜਿੰਗ ਨੇ, ਇਹਦੀ ਰੂਪਰੇਖਾ ਕਿਹੋ ਜਿਹੀ ਰਹਿਣ ਵਾਲੀ ਹੈ? ਸੁਖਵਿੰਦਰ ਜੀ, ਬਿਲਕੁਲ ਇਹ ਘਰੋਂ ਜਾਣਗੇ ਵਿਜੀਲੈਂਸ ਦੇ ਦਫ਼ਤਰ ਨੂੰ ਘੇਰਨ, ਉਸ ਤੋਂ ਪਹਿਲਾਂ ਜੇਕਰ ਉਹ ਉੱਥੇ ਆਣ ਕੇ ਇਹਨਾਂ ਦੇ ਧਰਨੇ ਤੋਂ ਸ਼ੁਰੂ ਹੀ ਆਣ ਕੇ ਜੇਕਰ ਮਜ਼ਦੂਰ ਤੇ ਠੇਕੇਦਾਰ ਬੈਠ ਜਾਂਦੇ ਆ, ਤੇ ਸ਼ਾਇਦ ਰਾਜਾ ਵੜਿੰਗ ਨੂੰ ਇਹ ਧਰਨਾ ਮੁਲਤਵੀ ਵੀ ਕਰਨਾ ਪੈ ਸਕਦਾ, ਕਿਉਂਕਿ ਜੇਕਰ ਇਹਨਾਂ ਦੇ ਨਿਕਲਣ ਤੋਂ ਪਹਿਲਾਂ ਹੀ ਉਹ ਕਾਂਗਰਸ ਭਵਨ ਦੇ ਵਿੱਚ ਜਾ ਕੇ ਬੈਠ ਜਾਂਦੇ ਆ ਤਾਂ ਫਿਰ ਤਾਂ ਸਥਿਤੀਆਂ ਬਿਲਕੁਲ ਜਿਹੜੀਆਂ ਉਲਟ ਹੋਣਗੀਆਂ, ਕਿਉਂਕਿ ਉੱਥੇ ਕਸਾ ਜਿਹੜੇ ਮਜ਼ਦੂਰਾਂ ਤੇ ਠੇਕੇਦਾਰਾਂ ਦੇ ਸਵਾਲਾਂ ਦੇ ਜਵਾਬ ਸ਼ਾਇਦ ਰਾਜਾ ਵੜਿੰਗ ਦੇਣ ਤੋਂ ਅਸਮਰੱਥ ਹੋਣਗੇ। ਇਹਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਦੀ ਆਪਾਂ ਗੱਲ ਨਾ ਹੀ ਕਰੀਏ ਤਾਂ ਬੈਟਰ ਆ, ਕਿਉਂਕਿ ਇਹ ਧਰਨਾ ਤੇ ਦੂਜਾ ਧਰਨਾ ਜਿਹੜੇ ਰਾਜਾ ਵੜਿੰਗ ਵਾਲਾ ਤੇ ਦੂਸਰਾ ਧਰਨਾ ਮਜ਼ਦੂਰਾਂ ਤੇ ਠੇਕੇਦਾਰਾਂ ਵਾਲਾ, ਇੱਕ ਅਲੱਗ ਅਲੱਗ ਭਗਵੰਤ ਮਾਨ ਦੀ ਸਰਕਾਰ ਦਾ, ਇਹਦੇ ਨਾਲ ਸਿੱਧਾ ਕੋਈ ਸੰਬੰਧ ਬਣਦਾ ਨਹੀਂ, ਕਿਉਂਕਿ ਕੱਲ੍ਹ ਨੂੰ ਇਹ ਵੀ ਕਹਿ ਸਕਦੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਵਰਕਰ ਸੀ, ਉਹਨਾਂ ਨੇ ਧਰਨਾ ਦਵਾਇਆ, ਅਜੇ ਤੱਕ ਇਹੋ ਜਿਹਾ ਬਿਆਨ ਰਾਜਾ ਵੜਿੰਗ ਵੱਲੋਂ ਆਇਆ ਨਹੀਂ, ਉਹ ਵੀ ਆਉਣ ਦੀ ਆਸ ਹੀ ਕਰ ਸਕਦੇ ਕਿ ਉਹ ਵੀ ਬਿਆਨ ਆ ਸਕਦਾ। ਹੁਣ ਪ੍ਰਸ਼ਨ ਜਿਹੜਾ ਆ, ਪ੍ਰਸ਼ਨ ਇਹ ਹੈ ਕਿ ਇਸ ਧਰਨੇ ਦੇ ਨਾਲ ਨਿਕਲੂਗਾ ਕੀ ਕਿ ਧਰਨਾ, ਵੇਖੋ ਰਾਜਾ ਵੜਿੰਗ ਜੋ ਮਰਜ਼ੀ ਕਰ ਲਵੇ, ਜਿਸ ਤਰੀਕੇ ਨਾਲ ਮੇਰੂ ਪੰਕਜ ਮਲਹੋਤਰਾ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ ਵਿਜੀਲੈਂਸ ਦੀ, ਤੇ ਉਹਦੀ ਬਕਾਇਦਾ ਤੌਰ ਤੇ ਗ੍ਰਿਫਤਾਰੀ ਵਾਸਤੇ ਥਾਂ ਥਾਂ ਤੇ ਰੇਡ ਕੀਤੇ ਜਾ ਰਹੇ ਆ, ਪੁਲਿਸ ਇੱਕ ਦਬਾਅ ਦੀ ਨੀਤੀ ਜਿਹੜੀ ਕੰਮ ਕਰ ਰਹੀ ਬਣਾ ਰਹੀ ਆ। ਦੂਜੇ ਪਾਸੇ ਰਾਜਾ ਵੜਿੰਗ ਕਹਿ ਦਿੰਦੇ ਕਿ ਜਿਹੜੇ ਠੇਕੇਦਾਰ ਨੇ ਜਿਹੜਾ ਤੋਲੂ ਰਾਮ ਆ ਉਹਨੂੰ ਕਰੰਟ ਲਾ ਲਾ ਕੇ ਉਹਦੇ ਕੋਲ ਸਾਰਾ ਕੁਝ ਬਕਾਇਆ ਗਿਆ, ਇਹੋ ਜਿਹੀਆਂ ਕਹਾਣੀਆਂ ਉਹ ਪਾ ਰਹੇ ਨੇ। ਤੇ ਵੇਖੋ ਸਰਕਾਰ ਜਿਹੜੀ ਨੇ, ਸਰਕਾਰ ਨੇ ਉਹਨਾਂ ਚਿਰ ਤੱਕ ਭਾਰਤ ਭੂਸ਼ਣ ਆਸ਼ੂ ਨੂੰ ਹੱਥ ਨਹੀਂ ਪਾਉਣਾ ਜਿੰਨਾ ਚਿਰ ਤੱਕ ਮੀਨੂ ਪੰਕਜ ਮਲਹੋਤਰਾ ਸਰਕਾਰ ਦੇ ਕੰਟਰੋਲ 'ਚ ਨਹੀਂ, ਜਾਂ ਸਗੋਂ ਪੁਲਿਸ ਉਸਨੂੰ ਕਾਬੂ ਨਹੀਂ ਕਰਦੀ। ਮੀਨੂ ਪੰਕਜ ਮਲਹੋਤਰਾ ਦੀ ਜਿਸ ਦਿਨ ਗ੍ਰਿਫਤਾਰੀ ਹੋਵੇਗੀ, ਤੁਸੀਂ ਦੇਖਣਾ ਕਿ ਉਸ ਤੋਂ 2 ਜਾਂ 3 ਦਿਨਾਂ ਬਾਅਦ ਭਾਰਤ ਭੂਸ਼ਣ ਆਸ਼ੂ ਸਾਫ਼ ਤੌਰ 'ਤੇ ਉਹਨਾਂ ਦੇ ਸਕੰਜੇ 'ਚ ਆ ਜਾਏਗਾ। ਅਤੇ ਤੁਹਾਨੂੰ ਇਹ ਵੀ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਭਾਰਤ ਭੂਸ਼ਣ ਆਸ਼ੂ ਦੀ ਇੱਕ ਜ਼ਮਾਨਤ ਦੇ ਸੰਬੰਧੀ ਇੱਕ ਅਰਜ਼ੀ ਜਿਹੜੀ ਆ ਮਾਨਯੋਗ ਹਾਈਕੋਰਟ 'ਚ ਵੀ ਮੇਰਾ ਖਿਆਲ ਪਈ ਹੈਗੀ, ਜਿਹਦੇ ਉੱਤੇ ਸੰਬੰਧੀ ਅਜੇ ਫੈਸਲਾ ਆਉਣ ਵਾਲਾ। ਸੋ ਕਹਿਣ ਦਾ ਅਰਥ ਇਹ ਹੈ ਕਿ ਅਜੇ ਰਾਜਾ ਵੜਿੰਗ ਦਾ ਇਹ ਧਰਨਾ ਅਸੀਂ ਕਹਿ ਸਕਦੇ ਹਾਂ ਕਿ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣੀ ਸਥਿਤੀ ਨੂੰ ਬਣਾਉਣ ਵਾਲਾ ਆ ਕਿ ਅਸੀਂ ਇਹ ਕਰ ਦਾਂਗੇ ਉਹ ਕਰ ਦਾਂਗੇ। ਧਰਨੇ ਦਾ ਸਰਕਾਰ ਤੇ ਨਾ ਕੋਈ ਅਸਰ ਪੈਣਾ ਤੇ ਨਾ ਪੈ ਸਕਦਾ। ਤੁਹਾਨੂੰ ਮੈਂ ਨਾਲ ਹੀ ਦੱਸਦਾ ਕਿ ਖੁਰਾਕ ਤੇ ਸਪਲਾਈ ਵਿਭਾਗ ਦਾ ਇੱਕ ਅਧਿਕਾਰੀ ਡਿਪਟੀ ਡਾਇਰੈਕਟਰ ਜਿਹੜਾ ਰਮੇਸ਼ ਸਿੰਗਲਾ ਨਾਮ ਦਾ ਸੀ, ਜਿਹੜਾ 2017 ਦੇ ਵਿੱਚ ਜਿਹੜੇ ਬੰਦੇ ਨੇ PR ਕੈਨੇਡਾ ਦੀ ਲੈਣੀ ਸੀ, ਤੇ ਉਹ ਬੰਦਾ ਭਾਰਤ ਭੂਸ਼ਣ ਆਸ਼ੂ ਦੇ ਬੜਾ ਕਲੋਜ਼ ਆ, ਤੇ ਉਹ ਬੰਦਾ PR ਕੈਨੇਡਾ ਦੇ ਲੈਣ ਦੇ ਬਾਵਜੂਦ ਵੀ 17 ਤੋਂ ਲੈ ਕੇ ਹੁਣ ਤੱਕ ਨੌਕਰੀ ਪਰ ਕਰਦਾ ਪਿਆ। ਤੇ ਕੱਲ ਲਾਲਚੰਦ ਕਟਾਊ ਚੱਕ ਜਿਹਨਾਂ ਕੋਲ ਖੁਰਾਕ ਤੇ ਸਪਲਾਈ ਵਿਭਾਗ ਆ, ਉਸ ਡਿਪਟੀ ਡਾਇਰੈਕਟਰ ਨੂੰ ਨੌਕਰੀ ਤੋਂ ਬਰਤਰਫ ਕਰ ਦਿੱਤਾ। ਤੇ ਸਰਕਾਰ ਹੁਣ ਇਸ ਪਾਸੇ ਵੀ ਹੋ ਤੁਰੀ ਹੈ ਕਿ ਜਿਹਨਾਂ ਬੰਦਿਆਂ ਨੇ ਸਰਕਾਰੀਆਂ ਨੌਕਰੀਆਂ ਦੇ ਵਿੱਚ ਰਹਿ ਕੇ PR ਕੈਨੇਡਾ ਦੀਆਂ ਨੇਗੀਆਂ ਨੇ, ਇੱਥੋਂ ਪੈਸੇ ਕਮਾਉਂਦੇ ਨੇ ਤੇ ਉੱਥੇ ਜਾ ਕੇ ਵੱਜ ਜਾਂਦੇ ਨੇ, ਉਹਨਾਂ ਦੀ ਲਿਸਟ ਵੀ ਸਰਕਾਰ ਨੇ ਜਿਹੜੀ ਬਣਾਉਣੀ ਤਿਆਰ ਕਰਦੇ ਤੇ ਵਿਜੀਲੈਂਸ ਉਹਨਾਂ ਦੇ ਖਿਲਾਫ਼ ਵੀ ਜਿਹੜੀ ਇਨਕੁਆਇਰੀ ਆ ਉਹਨੇ ਕਰਨੀ ਸ਼ੁਰੂ ਕਰਤੀ। ਤੇ ਜਿਸ ਬੰਦੇ ਦਾ ਮੈਂ ਨਾਮ ਲਿਆ, ਇਹ ਵੀ ਜਿਹੜਾ ਕੇਸ ਆ, ਕਹਿੰਦੇ ਆ ਕਿ ਭਾਰਤ ਭੂਸ਼ਣ ਆਸ਼ੂ ਦੇ ਨੋਟਸ ਦੇ ਵਿੱਚ ਹੈਗਾ ਸੀ ਕਿ ਇਹ ਬੰਦਾ ਕੈਨੇਡਾ ਦੀ PR ਲੈ ਚੁੱਕਾ, ਰਮੇਸ਼ ਸਿੰਗਲਾ ਨਾਮ ਦਾ ਡਿਪਟੀ ਡਾਇਰੈਕਟਰ, ਸਰਕਾਰ ਨੇ ਕੱਲ ਉਸਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਸੋ ਕਹਿਣ ਦਾ ਅਰਥ ਇਹ ਹੈ ਕਿ ਸਰਕਾਰ ਬੜੇ ਹੌਲੀ ਤਰੀਕੇ ਦੇ ਨਾਲ ਤੇ ਬੜੀ ਸੋਚੀ ਸਮਝੀ ਰਣਨੀਤੀ ਦੇ ਤਹਿਤ ਭਾਰਤ ਭੂਸ਼ਣ ਆਸ਼ੂ ਦੇ ਦੁਆਲੇ
ਸਕੰਜਾ ਜਿਹੜਾ ਕੱਸਦੀ ਪਈ ਆ। ਸਰਕਾਰ ਨੂੰ ਵੀ ਪਤਾ ਆ ਕਿ ਆਫਟਰ ਆਲ ਉਹ ਮੰਤਰੀ ਆ, ਸਾਬਕਾ ਮੰਤਰੀ ਆ, ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਆ। ਰੌਲਾ ਤਾਂ ਥੋੜਾ ਰੌਲਾ ਰੱਪਾ ਤਾਂ ਥੋੜਾ ਜਿਹਾ ਪੂਰਾ ਹੀ ਪੂਰਾ ਰੌਲਾ ਰੱਪਾ ਤਾਂ ਸੁਖਵਿੰਦਰ ਜੀ ਸੁੱਚੇ ਲਗਾ ਨੂੰ ਜਦੋਂ ਗ੍ਰਿਫਤਾਰੀ ਹੋਊਗੀ ਉਹਦੇ ਹੱਕ 'ਚ ਵੀ ਲੋਕਾਂ ਨੇ ਪਾਤਾ ਸੀ। ਉਹੋ ਜਿਹੇ ਰੌਲੇ ਰੱਪਿਆਂ ਦਾ ਸਰਕਾਰਾਂ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ ਹੁੰਦਾ। ਸਰਕਾਰ ਦੇ ਆਪਣੀ ਨੀਤੀ ਨਾਲ ਕੰਮ ਕਰਨਾ, ਉਹ ਕੰਮ ਚੱਲੇਗਾ। ਸਕੰਜਾ ਜ਼ਰੂਰ ਉਹਦੇ ਦੁਆਲੇ ਹੌਲੀ ਹੌਲੀ ਟਾਈਟ ਕੀਤਾ ਜਾਣਾ, ਤਾਂ ਇੱਕ ਨਾ ਇੱਕ ਦਿਨ ਗ੍ਰਿਫਤਾਰੀ ਹੋਣੀ ਆ। ਭਾਵੇਂ ਭਾਰਤ ਭੂਸ਼ਣ ਆਸ਼ੂ ਦੇ ਹੱਕ ਦੇ ਵਿੱਚ ਰਾਹੁਲ ਗਾਂਧੀ ਆਣ ਕੇ ਕਿਉਂ ਨਾ ਬਹਿ ਜੇ ਹਾਂ, ਜਦੋਂ ਕਾਨੂੰਨ ਨੇ ਆਪਣਾ ਕੰਮ ਕਰਦਾ ਤਾਂ ਫਿਰ ਤਾਂ ਸੁਖਵਿੰਦਰ ਜੀ ਕਰਦੇ ਕਰਨਾ। ਸੋ ਇਹ ਅੱਜ ਅਸੀਂ ਕਹਿ ਸਕਣੇ ਕਿ ਰਾਜਾ ਪੜੇਕ ਦਾ ਇੱਕ ਸ਼ੋਅ ਹੈਗਾ ਆ, ਇਸ ਨੂੰ ਫਲਾਪ ਕਹਿ ਰੋ, ਇਹ ਤਾਂ 11 ਵਜੇ ਤੋਂ ਬਾਅਦ ਪਤਾ ਲੱਗੇਗਾ ਕਿ ਇਹ ਸ਼ੋਅ ਕਿੰਨਾ ਕੁ ਕਾਮਯਾਬ ਰਿਹਾ ਤੇ ਕਿੰਨਾ ਕੁ ਫਲਾਪ ਰਿਹਾ। ਬਾਕੀ ਜੇ ਤੁਸੀਂ ਇਹ ਕਹੋ ਕਿ ਇਸ ਧਰਨੇ ਨਾਲ ਭਾਰਤ ਭੂਸ਼ਣ ਆਸ਼ੂ ਦੇ ਉੱਤੇ ਸਕੰਜਾ ਢਿੱਲਾ ਹੋ ਜਾਊਗਾ ਜਾਂ ਕੋਈ ਕਾਰਵਾਈ ਨਹੀਂ ਹੋਊਗੀ, ਇਹ ਗੱਲ ਮੰਨਣ 'ਚ ਨਹੀਂ ਆਉਂਦੀ। ਉਹਦੇ ਖਿਲਾਫ ਕਾਰਵਾਈ ਜਿਹੜੀ ਹੋਣੀ ਯਕੀਨਨ ਤੌਰ ਤੇ ਤੈਅ ਜੀ। ਬਿਲਕੁਲ ਬਿਲਕੁਲ ਅਣਖ ਸਾਹਿਬ, ਆਪਾਂ ਅਗਲੀ ਖਬਰ ਲੈ ਲੈਂਦੇ ਹਾਂ। ਇਹ ਜਿਹੜਾ ਮਾੜੇ ਹਾਲਾਤ ਆ, ਇਹ ਸਿਰਫ ਪੰਜਾਬ 'ਚ ਹੀ ਨਹੀਂ ਹੈਗੇ, ਕਾਂਗਰਸ ਦੇ ਮਾੜੇ ਹਾਲਾਤ ਜਿਹੜੇ ਆ ਉਹ ਦੇਸ਼ ਦੇ ਦੂਜੇ ਹਿੱਸਿਆਂ ਦੇ ਵਿੱਚ ਵੀ ਆ। ਪਹਿਲਾਂ ਗੁਲਾਮ ਨਬੀ ਆਜ਼ਾਦ ਅਸਤੀਫਾ ਦੇ ਜਾਂਦੇ ਆ, ਮੇਰੇ ਖਿਆਲ ਚੋਣ ਕੰਪੇਨ ਕਮੇਟੀ ਤੋਂ ਸ਼ਾਇਦ, ਜੇ ਮੈਂ ਗਲਤ ਨਹੀਂ ਆ ਤਾਂ ਕੁਝ ਦਿਨ ਪਹਿਲਾਂ ਆਪਾਂ ਇਹ ਖਬਰ ਵੀ ਕੀਤੀ ਸੀ। ਤਾਂ ਹੁਣ ਆਨੰਦ ਸ਼ਰਮਾ ਨੇ ਵੀ ਅਸਤੀਫਾ ਜਿਹੜਾ ਹਿਮਾਚਲ ਦੀ ਚੋਣ ਕਮੇਟੀ ਤੋਂ ਜਿਹੜਾ ਦੇ ਦਿੱਤਾ ਹੈ, ਕਿੱਥੋਂ ਇਹ ਅਸਤੀਫਾ ਦਿੱਤਾ ਗਿਆ, ਕਿਉਂ ਦਿੱਤਾ ਗਿਆ, ਕੀ ਕੁਝ ਗੱਲਬਾਤ ਹੈ? ਹਿਮਾਚਲ ਦੇ ਵਿੱਚ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਕਿੰਨਾ ਵੱਡਾ ਝਟਕਾ, ਕਾਂਗਰਸ ਨੂੰ ਝਟਕੇ ਤੇ ਝਟਕੇ ਹੀ ਲੱਗਦੇ ਜਾ ਰਹੇ ਆ। ਜੀ ਕਾਂਗਰਸ ਨੂੰ ਹਿਮਾਚਲ ਦੇ ਝਟਕਿਆਂ ਦੀ ਗੱਲ ਕਰੋ ਤਾਂ ਦੋ ਹਫ਼ਤਾ ਕੁ ਪਹਿਲਾਂ ਅਸੀਂ ਦੋ ਵਿਧਾਇਕਾਂ ਦੀ ਗੱਲ ਵੀ ਕੀਤੀ ਸੀ, ਨਾਲਾਗੜ੍ਹ ਤੇ ਕਾਂਗੜੇ ਹਲਕੇ ਤੋਂ ਜਿਹੜੇ ਕਾਂਗਰਸ ਦੇ ਦੋ ਸਿਟਿੰਗ ਵਿਧਾਇਕ ਸਨ ਉਹ ਕਾਂਗਰਸ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸਨ, ਇਹ ਵੀ ਖਬਰ ਕੀਤੀ ਸੀ ਡਿਸਕਸ। ਤੇ ਆਹ ਜਿਹੜਾ ਹੁਣ ਝਟਕਾ ਇੱਕ ਹੋਰ ਤਰੀਕੇ ਦਾ ਲੱਗਾ ਆਨੰਦ ਸ਼ਰਮੇ ਦਾ। ਆਨੰਦ ਸ਼ਰਮੇ ਹੁਣੀ G23 ਦੇ ਗਰੁੱਪ ਦੇ ਮੈਂਬਰ ਨੇ, ਉਸੇ ਗਰੁੱਪ ਦੇ ਮੈਂਬਰ ਜਿਹਨਾਂ ਦੇ ਵਿੱਚ ਗੁਲਾਮ ਨਬੀ ਆਜ਼ਾਦ ਸਨ। ਤਾਂ ਗੁਲਾਮ ਨਬੀ ਆਜ਼ਾਦ ਨੇ ਜੰਮੂ ਕਸ਼ਮੀਰ ਦੀ ਜਿਹੜੀ ਕੰਪੇਨ ਕਮੇਟੀ ਸੀ ਉਹਦਾ ਉਹਨਾਂ ਨੂੰ ਚੇਅਰਮੈਨ ਬਣਾਇਆ ਗਿਆ, ਪਰ ਉਹਨਾਂ ਨੇ ਅਸਤੀਫਾ ਇਸ ਕਰਕੇ ਦੇ ਦਿੱਤਾ ਸੀ ਕਿ ਉਹ ਪ੍ਰਧਾਨਗੀ ਲੈਣਾ ਚਾਹੁੰਦੇ ਸਨ, ਜਦੋਂ ਕਿ ਪ੍ਰਧਾਨਗੀ ਜਿਹੜੀ ਉਹਨਾਂ ਦੇ ਇੱਕ ਖਾਸ ਨਜ਼ਦੀਕੀ ਨੂੰ ਦੇ ਕੇ ਉਹਨਾਂ ਦੇ ਬਰਾਬਰ ਤੇ ਬਿਠਾ ਦਿੱਤਾ। ਤੇ ਅੱਜ ਜਿਹੜੀ ਇੱਕ ਖਬਰ ਆਈ ਆ ਉਹ ਆਨੰਦ ਸ਼ਰਮਾ ਦੀ, ਤੇ ਆਨੰਦ ਸ਼ਰਮਾ ਕਾਂਗਰਸ ਦੇ ਬੜੇ ਸੀਨੀਅਰ ਨੇਤਾ ਹਨ ਤੇ ਸਟੀਅਰਿੰਗ G23 ਗਰੁੱਪ ਦੇ ਇਹ ਉਹੀ ਵਿਅਕਤੀ ਨੇ ਜਿਨ੍ਹਾਂ ਨੇ ਆਵਾਜ਼ ਜਿਹੜੀ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਦੇ ਖਿਲਾਫ਼ ਜਿਹੜੀ ਉਹਨਾਂ ਦੀ ਅਸੀਂ ਕਹਿ ਸਕਦੇ ਹਾਂ ਕਿ ਲੀਡਰਸ਼ਿਪ ਨੂੰ ਬਦਲਣ ਦੀ ਜਿਹੜੀ ਗੱਲ ਕਰਦੇ ਰਹੇ ਨੇ, ਇਹ ਉਸ ਗਰੁੱਪ ਨਾਲ ਸੰਬੰਧਿਤ ਨੇ। ਤਾਂ ਇਹਨਾਂ ਨੂੰ ਹਿਮਾਚਲ ਪ੍ਰਦੇਸ਼ ਵਿੱਚ ਜਿਹੜੀਆਂ ਹੋਣ ਵਾਲੀਆਂ ਚੋਣਾਂ ਹੋਣੀਆਂ ਨੇ ਉਹਦਾ ਸਟੀਅਰਿੰਗ ਕਮੇਟੀ ਦਾ ਚੇਅਰਮੈਨ ਜਿਹੜਾ ਬਣਾਇਆ ਗਿਆ, ਪਰ ਇਹਨਾਂ ਨੇ ਅਸਤੀਫਾ ਜਿਹੜਾ ਦੇ ਦਿੱਤਾ। ਔਰ ਇਹਨਾਂ ਨੇ ਆਪਣੇ ਅਸਤੀਫੇ ਦੇ ਵਿੱਚ ਉਸੇ ਤਰੀਕੇ ਦੀ ਲਾਈਨ ਲਿਖੀ ਆ ਜਿਸ ਤਰੀਕੇ ਦੀ ਲਾਈਨ ਜਿਹੜੀ ਆ ਕਿਸੇ ਸਮੇਂ ਸੁਨੀਲ ਜਾਖੜ ਨੇ ਲਿਖੀ। ਉਹਨਾਂ ਨੇ ਇਹ ਲਿਖਿਆ ਕਿ ਮੈਂ ਆਪਣੇ ਆਤਮ ਸਨਮਾਨ ਦੇ ਨਾਲ ਕਿਸੇ ਵੀ ਤਰੀਕੇ ਦਾ ਸਮਝੌਤਾ ਨਹੀਂ ਕਰ ਸਕਦਾ, ਮੇਰੇ ਆਤਮ ਸਨਮਾਨ ਨੂੰ ਜਿਹੜੀ ਸੱਟ ਵੱਜੀ ਆ। ਉੱਥੇ ਵੀ ਇਹ ਪਤਾ ਲੱਗਾ ਕਿ ਆਨੰਦ ਸ਼ਰਮੇ ਨੂੰ ਉਹ ਸਥਿਤੀ, ਜਿਸ ਸਥਿਤੀ ਦੀ ਉਹ ਮੰਗ ਕਰ ਰਹੇ ਸਨ, ਜਿਸ ਤਰੀਕੇ ਨਾਲ ਉਹ ਉੱਥੇ ਚੋਣਾਂ ਨੂੰ ਲੜਨ ਵਾਸਤੇ ਰਣਨੀਤੀ ਬਣਾ ਰਹੇ ਸਨ, ਉਸ ਰਣਨੀਤੀ ਨੂੰ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਵੱਲੋਂ ਪ੍ਰਵਾਨਗੀ ਜਿਹੜੀ ਆ ਨਹੀਂ ਦਿੱਤੀ ਗਈ, ਜਿਸ ਕਾਰਨ ਉਹਨਾਂ ਨੂੰ ਉਹਨਾਂ ਨੇ ਜਿਹੜਾ ਆਪਣਾ ਅਸਤੀਫਾ ਜਿਹੜਾ ਦੇਣਾ ਪਿਆ, ਜਾਂ ਉਹਨਾਂ ਨੇ ਆਪਣਾ ਅਸਤੀਫਾ ਜਿਹੜਾ ਦੇ ਦਿੱਤਾ। ਹੁਣ ਸਟੀਅਰਿੰਗ ਕਮੇਟੀ ਦਾ ਇੱਕ ਬੰਦਾ ਚੇਅਰਮੈਨ ਹੋਵੇ ਤਾਂ ਫੈਸਲਾ ਤੁਸੀਂ ਮਾਂ ਪੁੱਤ ਜੇਕਰ ਉੱਤੋਂ ਕਰਨ ਤਾਂ ਕੁਦਰਤੀ ਤੌਰ 'ਤੇ ਉਸ ਆਤਮ ਸਨਮਾਨ ਨੂੰ ਜ਼ਰੂਰ ਸੱਟ ਵੱਜਦੀ ਆ ਜਿਸ ਬੰਦੇ ਨੇ ਇੱਕ ਪੂਰੀ ਉਮਰ ਜਿਹੜੀ ਹੈ ਪਾਰਟੀ ਨੂੰ ਜਿਹੜੀ ਆ ਦਿੱਤੀ ਹੋਵੇ। ਤਾਂ ਸੁਖਵਿੰਦਰ ਜੀ, ਕਾਂਗਰਸ ਪਾਰਟੀ ਦਾ ਅਗਰ ਇਸ ਵੇਲੇ ਕੌਮੀ ਪੱਧਰ 'ਤੇ ਜਾਂ ਰਾਜ ਪੱਧਰ 'ਤੇ ਕਿਸੇ ਵੀ ਰਾਜ ਦੇ ਵਿੱਚ ਪੱਧਰ 'ਤੇ ਗੱਲ ਕਰੀਏ ਤਾਂ ਮੈਨੂੰ ਨਰਿੰਦਰ ਮੋਦੀ ਹੋਣਾ ਦੇ ਉਹ ਸ਼ਬਦ ਆਪਣੇ ਆਪ ਯਾਦ ਆ ਜਾਂਦੇ ਕਿ ਕਾਂਗਰਸ ਮੁਕਤ ਭਾਰਤ ਜਿਹੜਾ ਅਸੀਂ ਕਰਨਾ। ਤਾਂ ਭਾਜਪਾ ਤਾਂ ਕਾਂਗਰਸ ਮੁਕਤ ਕਰੇ ਚਾਹੇ ਨਾ ਕਰੇ, ਕਾਂਗਰਸ ਦੀਆਂ ਜਿਹੜੀਆਂ ਆਪਣੀਆਂ ਨੀਤੀਆਂ ਨੇ ਇਹੋ ਹੀ ਕਾਂਗਰਸ ਨੂੰ ਕੌਮੀ ਪੱਧਰ 'ਤੇ ਤੇ ਰਾਜ ਪੱਧਰ 'ਤੇ ਆਪਣੇ ਆਪ ਨੂੰ ਸੁੰਗੜਦਾ ਕਰਦੀਆਂ ਜਾ ਰਹੀਆਂ ਨੇ। ਕਾਂਗਰਸ ਹਰ ਪਾਸੇ ਤੋਂ ਸੁੰਗੜਦੀ ਜਿਹੜੀ ਜਾ ਰਹੀ ਆ, ਇਕੱਠੀ ਹੁੰਦੀ ਜਾ ਰਹੀ ਆ, ਮਤਲਬ ਹੈ ਕੋਈ ਨਹੀਂ। ਤੇ ਸਿਰਫ ਦੋ ਵਿਅਕਤੀਆਂ ਦੇ ਆਲੇ ਦੁਆਲੇ ਕਾਂਗਰਸ ਪਾਰਟੀ ਜਿਹੜੀ ਆ ਇਸ ਵੇਲੇ ਘੁੰਮਦੀ ਆ। ਤੇ ਦੂਸਰੇ ਪਾਸੇ ਜਿਸ ਤਰੀਕੇ ਨਾਲ ED ਦੀਆਂ ਜਿਹੜੀਆਂ ਚਾਲਾਂ ਨੇ ਜਾਂ ED ਦੀਆਂ ਜਿਹੜੀਆਂ ਗਤੀਵਿਧੀਆਂ ਨੇ, ਰਾਹੁਲ ਗਾਂਧੀ ਜਾਂ ਸੋਨੀਆ ਗਾਂਧੀ ਦੇ ਖਿਲਾਫ ਜਿਹੜੀਆਂ ਗਤੀਵਿਧੀਆਂ ਚੱਲ ਰਹੀਆਂ ਨੇ, ਜੇਕਰ ਕੱਲ ਨੂੰ ਜਾਂ ਪਰਸ ਨੂੰ ਇੱਕ ਦਿਨ ਅਜਿਹਾ ਆ ਜਾਂਦਾ ਕਿ ਇਹਨਾਂ ਨੂੰ ਗ੍ਰਿਫਤਾਰ ਕਰਨਾ ਪੈ ਜੇ ਜਾਂ ਗ੍ਰਿਫਤਾਰੀ ਇਹਨਾਂ ਦੀ ਹੋ ਜੇ, ਤਾਂ ਤੁਸੀਂ ਦੇਖ ਲਓ ਆ G23 ਗਰੁੱਪ ਜਿਹਦੇ ਵਿੱਚ ਗੁਲਾਮ ਨਬੀ ਆਜ਼ਾਦ ਜਾਂ ਆਨੰਦ ਸ਼ਰਮਾ, ਕਪਿਲ ਸਿੱਬਲ ਇਹੋ ਜਿਹੇ ਬੰਦੇ ਸਨ, ਇਹ ਦੁਬਾਰਾ ਐਕਟਿਵ ਹੋ ਕੇ ਕਾਂਗਰਸ ਪਾਰਟੀ ਨੂੰ ਇੱਕ ਨਵੀਂ ਜਿਹੜੀ ਸਥਿਤੀ ਦੇ ਸਕਦੇ ਨੇ। ਬਾਕੀ ਆਨੰਦ ਸ਼ਰਮੇ ਦਾ ਜਿਹੜਾ ਆਪਣੀ ਚੇਅਰਮੈਨੀ ਤੋਂ ਅਸਤੀਫਾ ਦੇਣਾ, ਉਹ ਵੀ ਐਨ ਚੋਣਾਂ ਦੇ ਮੌਕੇ 'ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਕਾਂਗਰਸ ਨੂੰ ਇੱਕ ਬੜਾ ਵੱਡਾ ਝਟਕਾ ਜਿਹੜਾ ਉਹ ਲੱਗਦਾ ਮਹਿਸੂਸ ਹੁੰਦਾ ਪਿਆ ਕਿ ਕਾਂਗਰਸ ਦੀ ਸਥਿਤੀ ਹਿਮਾਚਲ ਦੇ ਵਿੱਚ ਇੰਨੀ ਕੋਈ ਵਧੀਆ ਹੈ ਨਹੀਂ। ਇਸ ਗੱਲ ਨੂੰ ਤੁਸੀਂ ਜਾਣਦੇ ਕਿਉਂਕਿ ਹਿਮਾਚਲ ਦੇ ਵਿੱਚ ਤੁਸੀਂ ਆਉਂਦੇ ਜਾਂਦੇ ਰਹਿੰਦੇ ਜੇ। ਕਾਂਗਰਸ ਪੰਜਾਬ, ਕਾਂਗਰਸ ਦੀ ਜਿਹੜੀ ਸਥਿਤੀ ਆ ਪੰਜਾਬ ਦੇ ਵਿੱਚ ਕਿਸੇ ਸਮੇਂ
ਠੀਕ ਸੀ ਪਰ ਕੈਪਟਨ ਅਮਰਿੰਦਰ ਸਿੰਘ ਤੇ ਜਾਣ ਤੋਂ ਬਾਅਦ ਕਾਂਗਰਸ ਦੇ ਵਿੱਚ ਜਿਹੜਾ ਨਗਾਰ ਆਇਆ ਉਹ ਸਾਰੇ ਲੋਕਾਂ ਨੂੰ ਪਤਾ। ਕਾਂਗਰਸ ਕੋਲ ਪੰਜਾਬ ਦੇ ਵਿੱਚ ਵੀ ਇੱਕ ਮੌਕਾ ਸੀ ਜਦੋਂ ਨਵਜੋਤ ਸਿੰਘ ਸਿੱਧੂ ਦੇ ਮਗਰ ਸਾਰੀ ਕਾਂਗਰਸ ਸਾਰਾ ਪੰਜਾਬ ਖਲੋਤਾ ਨਜ਼ਰ ਆਇਆ, ਪਰ ਕਾਂਗਰਸ ਦੇ ਜਿਹੜੇ ਉਹ ਨੀਤੀ ਘਾੜੇ ਨੇ ਕਿ ਨਹੀਂ ਨਹੀਂ ਇਹ ਬੰਦਾ ਤਾਂ ਉੱਠਦਾ, ਇਹਨੂੰ ਸਾਈਡਲਾਈਨ ਕਰ ਦਿਓ, ਅਸੀਂ ਦੂਜਾ ਕੈਪਟਨ ਅਮਰਿੰਦਰ ਸਿੰਘ ਮੰਨ ਨਹੀਂ ਦੇਣਾ, ਚਰਨਜੀਤ ਸਿੰਘ ਚੰਨੀ ਵਰਗੇ ਬੰਦੇ ਨੂੰ ਖੜਾ ਕਰਕੇ ਲਿਆ ਕੇ ਕਾਂਗਰਸ ਨੇ ਜੋ ਆਪਣਾ ਹਾਲ ਕਰਾਇਆ ਇਹਦੇ ਵਾਸਤੇ ਕਾਂਗਰਸ ਜ਼ਿੰਮੇਵਾਰ ਆ। ਤੇ ਹੁਣ ਵੀ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਸ ਤਰੀਕੇ ਦੀਆਂ ਸਥਿਤੀਆਂ ਵੇਖਣ ਨੂੰ ਮਿਲੀਆਂ ਜਾਂ ਜਿਹੜੀਆਂ ਸਥਿਤੀਆਂ ਉੱਥੇ ਆਨੰਦ ਸ਼ਰਮੇ ਨੇ ਇਹ ਗੱਲ ਕਹੀ ਹੈ ਕਿ ਮੇਰੇ ਆਤਮ ਸਨਮਾਨ ਨੂੰ ਸੱਟ ਲੱਗੀ ਆ, ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਗੁਲਾਮ ਨਬੀ ਆਜ਼ਾਦ ਨੇ ਇਹ ਗੱਲ ਕੀਤੀ, ਤਾਂ ਜਦੋਂ ਇਹੋ ਜਿਹੇ ਸੀਨੀਅਰ ਲੀਡਰ ਜਿਹੜੇ ਨੇ ਉਹ ਪਾਰਟੀ ਛੱਡ ਕੇ ਘਰ ਬੈਠ ਜਾਣਗੇ ਤਾਂ ਫਿਰ ਪਾਰਟੀ ਚੱਲੂਗੀ ਕਿਸ ਤਰ੍ਹਾਂ। ਹੁਣ ਪੰਜਾਬ ਦੇ ਵਿੱਚ ਕਾਂਗਰਸ ਨੇ ਪ੍ਰਯੋਗ ਐਕਸਪੈਰੀਮੈਂਟ ਕਰਕੇ ਵੇਖ ਹੀ ਲਿਆ ਕਿ ਚਰਨਜੀਤ ਸਿੰਘ ਚੰਨੀ ਵਰਗਾ ਬੰਦਾ ਜੇ ਤੇ ਕਈ ਕੇਸ ਚੱਲਦੇ ਹੁਣ ਉਹਨੂੰ ਤੁਸੀਂ ਮੁੱਖ ਮੰਤਰੀ ਦੇ ਚਿਹਰੇ ਦੇ ਰੂਪ 'ਚ ਲਾਣ ਦਿੰਦੇ, ਜੇ ਜਿਸ ਬੰਦੇ ਨੇ ਕੈਪਟਨ ਅਮਰਿੰਦਰ ਸਿੰਘ ਵਰਗੀ ਇੱਕ ਤਕੜੀ ਸ਼ਖਸੀਅਤ ਨੂੰ ਢਾਲ ਲਾਈ ਹੋਵੇ ਉਹਨੂੰ ਤੁਸੀਂ ਕਹਿ ਦਿੰਦੇ ਨਵਜੋਤ ਸਿੱਧੂ ਚੱਲ ਤੂੰ ਘਰ ਬੈਠ ਜਾ, ਤੇਰੀ ਲੋੜ ਨਹੀਂ, ਤੇਰੀ ਲੋੜ ਨਹੀਂ, ਤਾਂ ਕੁਦਰਤੀ ਤੌਰ 'ਤੇ ਆਤਮ ਸਨਮਾਨਾਂ ਨੂੰ ਤਾਂ ਸੱਟ ਵੱਜਦੀ ਹੈ ਨਾ ਜਿਸ ਬੰਦੇ ਨੇ ਕੰਮ ਕੀਤਾ ਹੋਵੇ, ਉਹ ਚਾਹੇ ਗੁਲਾਮ ਨਬੀ ਆਜ਼ਾਦ ਹੋਵੇ, ਚਾਹੇ ਨਵਜੋਤ ਸਿੰਘ ਸਿੱਧੂ ਹੋਵੇ, ਚਾਹੇ ਸੁਨੀਲ ਜਾਖੜ ਹੋਵੇ ਤੇ ਚਾਹੇ ਆਨੰਦ ਸ਼ਰਮਾ ਹੋਵੇ, ਸਥਿਤੀਆਂ ਇਦਾਂ ਦੀਆਂ ਹੁੰਦੀਆਂ ਨੇ ਜੀ। ਨਾਨਕ ਸਾਹਿਬ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੁਖਨਾ ਜੀ ਬਹੁਤ ਬਹੁਤ ਸ਼ੁਕਰੀਆ। ਰਾਜਸਥਾਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਨ੍ਹਾਂ ਦੇ ਵੱਲੋਂ ਮੈਂ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ, ਵਿਚਾਰ ਚਰਚਾ ਕੀਤੀ ਗਈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਨਾਲ ਕੀਤੀ ਗੱਲਬਾਤ ਤੁਹਾਨੂੰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।